ਸੋ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ 12ਵੀਂ ਕਲਾਸ ਦੇ ਬੱਚਿਆਂ ਦਾ। ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਪੰਜਾਬੀ ਦਾ ਪੇਪਰ ਆ ਜਿਹੜਾ ਉਹ 20 ਤਰੀਕ ਨੂੰ ਹੋਣ ਵਾਲਾ, ਅਤੇ ਉਸ ਤੋਂ ਪਹਿਲਾਂ ਮੈਂ ਇੰਪੋਰਟੈਂਟ ਵੀਡੀਓ ਜਿਹੜੀਆਂ 2 ਤੋਂ 3 ਵੀਡੀਓਜ਼ ਪਾ ਦਿੱਤੀਆਂ ਸੀ। ਲੇਕਿਨ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ, ਜਿਹਦੇ ਵਿੱਚ ਮੈਂ 6 ਅੰਕਾਂ ਵਾਲੇ ਪ੍ਰਸ਼ਨ ਕਰਾਉਣੇ ਨੇ। ਜਿਨ੍ਹਾਂ ਨੇ ਵੀਡੀਓ ਦੇਖ ਲਈ 100% ਪੱਕੀ ਗਰੰਟੀ ਹੈ ਕਿ ਉਹਨਾਂ ਦੇ 6 ਨੰਬਰ ਕਿਤੇ ਵੀ ਨਹੀਂ ਜਾਣਗੇ। 6 ਅੰਕਾਂ ਵਾਲੇ ਪ੍ਰਸ਼ਨ ਅੱਜ ਦੀ ਵੀਡੀਓ 'ਚ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਅਪਡੇਟਸ ਪਾਉਣ ਦੇ ਲਈ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਬਿਨਾਂ ਕਿਸੇ ਦੇਰ ਤੋਂ। ਤਾਂ ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਦੇ 6 ਨੰਬਰ ਦੇ ਪ੍ਰਸ਼ਨ ਆ। ਤਾਂ ਸਭ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਾਂਗੇ। ਇਹਦੇ ਵਿੱਚ ਜਿਹੜੇ ਸ਼ੋਰ ਕੁਐਸਚਨ ਨੇ ਉਹਨਾਂ ਨੂੰ ਤਾਂ ਬਿਲਕੁਲ ਵੀ ਨਾ ਛੱਡਿਓ, ਚਾਹੇ ਕੁਝ ਵੀ ਹੋ ਜੇ। ਜਿਵੇਂ ਹੈਗਾ, ਸਭ ਤੋਂ ਪਹਿਲਾਂ ਕੁਐਸਚਨ ਸਾਡੇ ਕੋਲ ਹੈਗਾ, ਸੱਭਿਆਚਾਰ ਦੀ ਪਰਿਭਾਸ਼ਾ ਕੀ ਹੈ? ਤਾਂ ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਜਿਹੜਾ ਸਾਡੇ ਕੋਲ ਇੱਥੇ ਬਣਦਾ ਆ। ਅਤੇ ਇਹਦੇ ਸ਼ੋਰ ਵੀ ਲਿਖਿਆ ਹੋਇਆ, ਸ਼ੋਰ ਦਾ ਮਤਲਬ ਹੈ ਕਿ ਸ਼ੋਰਟੀ ਹੈ ਕਿ ਇਹ ਪ੍ਰਸ਼ਨ ਆ ਸਕਦਾ ਪੇਪਰ ਦੇ ਵਿੱਚ। ਤਾਂ ਇਸ ਤੋਂ ਇਲਾਵਾ ਮੈਂ ਕੁਝ ਇੰਪੋਰਟੈਂਟ ਪ੍ਰਸ਼ਨ ਹੋਰ ਦੱਸੂੰਗਾ ਵੀਡੀਓ ਦੇ ਵਿੱਚ ਹੀ, ਇਸ ਕਰਕੇ ਵੀਡੀਓ ਨੂੰ ਛੱਡ ਕੇ ਨਹੀਂ ਜਾਣਾ ਹੈਗਾ। ਵਿੱਚੇ ਵਿੱਚ ਮੈਂ ਤੁਹਾਨੂੰ ਕਈ ਟਿਪ ਵੀ ਦਊਂਗਾ ਅਤੇ ਕਈ ਇੰਪੋਰਟੈਂਟ ਪ੍ਰਸ਼ਨ ਵੀ ਦੱਸੂ ਜਿਹੜੇ ਪੇਪਰ ਵਿੱਚ 100% ਆਉਣਗੇ। ਪੰਜਾਬੀ ਸੱਭਿਆਚਾਰ ਵਿੱਚੋਂ ਸੈਕਿੰਡ ਪ੍ਰਸ਼ਨ, ਸੱਭਿਆਚਾਰ ਅਤੇ ਉਪ ਸੱਭਿਆਚਾਰ ਵਿੱਚ ਕੀ ਅੰਤਰ ਹੈ? ਅੱਗੇ ਅੱਗੇ, ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਨੇ? ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਅਤੇ ਪਿਛੋਕੜ। ਅਤੇ ਕਈ ਵਾਰ ਇੱਦਾਂ ਵੀ ਆ ਜਾਂਦਾ ਕਿ ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਿਛੋਕੜ ਦੇ ਨਾਲ ਨਾਲ ਉਪ ਸੱਭਿਆਚਾਰ ਦੀ ਪਰਿਭਾਸ਼ਾ ਦਿਓ। ਠੀਕ ਹੈ, ਤਾਂ ਜੇਕਰ ਤੁਹਾਨੂੰ ਉਪ ਸੱਭਿਆਚਾਰ ਬਾਰੇ ਪਤਾ ਤਾਂ ਤੁਸੀਂ ਇਸਦਾ ਆਨਸਰ ਜਿਹੜਾ ਵਾ ਬਹੁਤ ਛੇਤੀ ਕਰ ਦੋਗੇ। ਠੀਕ ਹੈ, ਦੈਨ ਅੱਗੇ ਸਾਡੇ ਕੋਲ ਪੰਜਾਬ ਦੇ ਰਸਮ ਰਿਵਾਜ਼ ਆ ਗਏ। ਨੈਕਸਟ ਲੈਸਨ ਤੁਹਾਡੇ ਕੋਲ ਕਿਹੜਾ ਆ ਗਿਆ? ਪੰਜਾਬ ਦੇ ਰਸਮ ਰਿਵਾਜ਼। ਅਤੇ ਇਹਦੇ ਵਿੱਚੋਂ ਕਿਹੜੇ ਇੰਪੋਰਟੈਂਟ ਸ਼ੋਰ ਨੇ? ਹਾਂਜੀ, ਇਹਦੇ ਵਿੱਚ ਹੈਗਾ, ਮਨੁੱਖੀ ਜੀਵਨ ਵਿੱਚ ਰਸਮ ਰਿਵਾਜ਼ਾਂ ਦਾ ਕੀ ਮਹੱਤਵ ਹੈ? ਸ਼ੋਰਟੀ ਹੈ ਇਹਨਾਂ ਦੀ। ਰਸਮ ਰਿਵਾਜ਼ਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਨੇ? ਦੇਖੋ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ। ਹੁਣ ਤਾਂ ਦੇਖੋ ਪੇਪਰ ਵਿੱਚ ਥੋੜ੍ਹਾ ਟਾਈਮ ਰਹਿ ਗਿਆ, ਠੀਕ ਹੈ, ਇੱਕ ਅੱਧਾ ਦਿਨ ਰਹਿ ਗਿਆ, ਲੇਕਿਨ ਮੈਂ ਤੁਹਾਨੂੰ ਇਹ ਗੱਲ ਸ਼ੋਰਟੀ ਦੇ ਨਾਲ ਕਹਿ ਦਿੰਦਾ ਵਾ, ਲਿਖ ਕੇ ਕਹਿ ਦਿੰਦਾ। ਜੇਕਰ ਤੁਸੀਂ ਲੈਸਨ ਨੂੰ ਰੀਡਿੰਗ ਕੀਤਾ ਹੋਊਗਾ ਨਾ, ਤਾਂ ਤੁਹਾਨੂੰ ਇਹਦੇ ਵਿੱਚੋਂ ਸਾਰੇ ਪ੍ਰਸ਼ਨ ਆਉਂਦੇ ਹੋਣਗੇ, ਕਿਉਂਕਿ ਜਦੋਂ ਅਸੀਂ ਲੈਸਨ ਨੂੰ ਰੀਡ ਕਰਦੇ ਹਾਂ, ਲੈਸਨ ਨੂੰ ਰੀਡ ਕਰਨ ਦੇ ਨਾਲ ਨਾਲ ਇਹ ਸਾਰੇ ਪ੍ਰਸ਼ਨ ਕਵਰ ਹੋ ਜਾਂਦੇ ਆਪਣੇ ਆਪ। ਤਾਂ ਹਮੇਸ਼ਾ ਲੈਸਨ ਨੂੰ ਰੀਡ ਕਰਿਆ ਕਰੋ, ਕੋਈ ਵੀ ਕੁਐਸਚਨ ਆਨਸਰ ਪੜ੍ਹਨ ਦੀ ਲੋੜ ਨਹੀਂ ਪੈਂਦੀ ਜੇਕਰ ਅਸੀਂ ਆਨਸਰ ਨੂੰ ਰੀਡ ਕਰਦੇ, ਚਾਹੇ ਇੰਗਲਿਸ਼ ਆ ਚਾਹੇ ਪੰਜਾਬੀ ਹੈ। ਚਲੋ, ਹੁਣ ਟਾਈਮ ਜਿਹੜਾ ਬੀਤ ਚੁੱਕਿਆ ਵਾ, ਲੇਕਿਨ ਹੁਣ ਅਸੀਂ ਸਿਰਫ ਇੰਪੋਰਟੈਂਟ ਪ੍ਰਸ਼ਨ ਦੱਸ ਰਹੇ ਨੇ। ਇਸ ਵੀਡੀਓ 'ਚ ਸਿਰਫ 6 ਅੰਕਾਂ ਵਾਲੇ ਪ੍ਰਸ਼ਨ ਕਰਾਵਾਂਗੇ। ਇਸ ਇਲਾਵਾ ਬਾਕੀ ਵੀਡੀਓਜ਼ ਵਿੱਚ ਤੁਹਾਨੂੰ 100% ਤਿਆਰੀ ਹੈ ਜਿਹੜੀ, ਸਾਰੇ ਸਬਜੈਕਟਸ ਦੀ ਕਰਾਈ ਜਾਊਗੀ ਬਿਲਕੁਲ ਫ੍ਰੀ ਆਫ ਕੋਸਟ। PDF ਫਾਈਲ ਜੇਕਰ ਇਹਦੀ ਲੈਣੀ ਆ ਤਾਂ ਮੈਨੂੰ ਟੈਲੀਗ੍ਰਾਮ 'ਤੇ ਜੁਆਇਨ ਕਰ ਲਓ। ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲ ਜਾਏਗਾ, GS ਸਟੇਟਿਵਸ ਟੈਲੀਗ੍ਰਾਮ ਗਰੁੱਪ ਆ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਨੇ ਗਰੁੱਪਾਂ ਵਿੱਚ, ਅਤੇ ਸਾਡੀ ਹੈਲਪ ਕਰਿਓ। ਠੀਕ ਹੈ, ਜਨਮ ਨਾਲ ਸੰਬੰਧਿਤ ਕਿਹੜੇ ਰਸਮ ਰਿਵਾਜ਼ ਨੇ? ਠੀਕ ਹੈ, ਅਤੇ ਨਾਲ ਨਾਲ ਮੌਤ ਦੇ ਕਿਹੜੇ ਨੇ? ਇਹ ਦੋਨੇ ਕੁਐਸਚਨ ਇੱਕੋ ਵਿੱਚ ਵੀ ਆ ਸਕਦੇ। ਤੁਹਾਨੂੰ ਮੈਂ ਸ਼ੋਰਟੀ ਦੇ ਨਾਲ ਕਹਿ ਦਾਂ ਕਿ ਦੋਨੇ ਕੁਐਸਚਨ ਨੇ ਜਿਹੜੇ ਇੱਕੋ ਪ੍ਰਸ਼ਨ ਬਣਾ ਕੇ ਵੀ ਆ ਸਕਦੇ, ਐਗਜ਼ਾਮੀਨਰ ਇਸ ਤਰ੍ਹਾਂ ਪਾ ਸਕਦਾ। ਜਨਮ ਅਤੇ ਮੌਤ ਦੇ ਕਿਹੜੇ ਕਿਹੜੇ ਰਸਮ ਰਿਵਾਜ਼ ਉਹਨਾਂ ਨੂੰ ਐਕਸਪਲੇਨ ਕਰੋ, ਕਿਉਂਕਿ 6 ਅੰਕ ਆ, 3 ਅੰਕ ਉਹ ਹੋ ਸਕਦਾ 3 ਅੰਕ ਦਾ ਰਸਮ ਰਿਵਾਜ਼ਾਂ ਵਾਲਾ, ਮੌਤ ਵਾਲਾ ਹੋ ਸਕਦਾ, 3 ਵਾਲਾ ਜਿਹੜਾ ਵਾ ਉਹ ਜਨਮ ਨਾਲ ਸੰਬੰਧ ਪਾ ਸਕਦਾ। ਇਸ ਤਰ੍ਹਾਂ ਉਸ ਤੋਂ ਬਾਅਦ ਤੁਹਾਡੇ ਕੋਲ ਆ ਗਿਆ ਵਿਆਹ ਦੇ ਰਸਮ ਰਿਵਾਜ਼। ਉਸ ਤੋਂ ਆ ਗਿਆ ਵਿਆਹ ਦੇ ਕਿਹੜੇ ਕਿਹੜੇ ਰਸਮ ਰਿਵਾਜ਼ ਨੇ, ਤਬਦੀਲੀ ਕੀ ਆ ਗਈ ਹੈ? ਜਿਵੇਂ ਪਹਿਲਾਂ ਵਿਆਹ ਦੇ ਕੋਈ ਹੋਰ ਰਸਮ ਰਿਵਾਜ਼ ਹੁੰਦੇ ਸੀ, ਹੁਣ ਅਨੇਕ ਚੇਂਜ ਹੋ ਚੁੱਕੇ ਨੇ। ਇਹ ਤਾਂ ਤੁਹਾਨੂੰ ਪੜ੍ਹਨ ਦੀ ਲੋੜ ਵੀ ਨਹੀਂ, ਤੁਹਾਨੂੰ ਖੁਦ ਆਪਣੇ ਲਾਈਫ ਦੇ ਵਿੱਚ ਜਦੋਂ ਅਸੀਂ ਵਿਆਹ 'ਤੇ ਜਾਂਦੇ ਤੁਹਾਨੂੰ ਪਤਾ ਕੀ ਚੇਂਜ ਹੋ ਗਿਆ ਹੈ ਨਾ। ਪਹਿਲਾਂ 7 ਵਿਆਹ ਹੁੰਦੇ ਸੀਗੇ, ਹੁਣ ਪੈਲਸਾਂ ਦੇ ਵਿੱਚ ਹੁੰਦਾ, ਵਿਆਹ ਵੀ 2 ਘੰਟਿਆਂ ਦਾ ਰਹਿ ਗਿਆ। ਪਹਿਲਾਂ ਵਿਆਹ ਬੜੇ 3-3, 4-4 ਦਿਨ ਚੱਲਦੇ ਹੁੰਦੇ ਸੀਗੇ। ਠੀਕ ਹੈ, ਅੱਗੇ ਸਾਡੇ ਕੋਲ ਜਿਹੜਾ ਲੈਸਨ ਹੈ ਉਹ ਹੈਗਾ ਵਾ ਪੰਜਾਬ ਦੇ ਮੇਲੇ ਅਤੇ ਤਿਉਹਾਰ। ਇਹਦੇ ਵਿੱਚ ਤੁਹਾਡੇ ਕੋਲ ਸ਼ੋਰਟੀ ਦੇ ਨਾਲ ਕੁਐਸਚਨ 3 ਨੇ, ਸ਼ੋਰ ਸਾਡੇ ਕੋਲ 3 ਕੁਐਸਚਨ ਨੇ। ਇਹਦੇ ਵਿੱਚ ਮੇਲਾ ਬੀਰੂ ਵਿੱਚ ਪੰਜਾਬੀ ਚਰਿੱਤ ਵਿੱਚ ਸਮੋਇਆ, ਤਾਂ ਬਹੁਤ ਇੰਪੋਰਟੈਂਟ ਪ੍ਰਸ਼ਨ ਆ, ਮੋਸਟ ਇੰਪੋਰਟੈਂਟ ਹੈ ਇਹ, ਮੈਂ ਮੋਸਟ ਲਿਖ ਦਿੰਦਾ, ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਇਹ ਵਾਲਾ। ਇਸ ਤੋਂ ਇਲਾਵਾ ਮੇਲਿਆਂ ਜਾਤੀ, ਕਿਸੇ ਜਾਤੀ 'ਚ ਕੀ ਮਹੱਤਵ ਹੁੰਦਾ ਹੈ? ਠੀਕ ਹੈ, ਪੰਜਾਬ ਦੇ ਮੇਲੇ 'ਚ ਕਿਹੜੀ ਕਿਹੜੀ ਵਿਸ਼ੇਸ਼ਤਾ ਹੈ? ਇਹ ਸ਼ੋਰਟੀ ਨਹੀਂ ਹੈਗੀ, ਆਏਗਾ ਕਿ ਨਹੀਂ ਹੈਗਾ, ਲੇਕਿਨ ਪਹਿਲਾ ਚਰਿੱਤਰ ਵਾਲਾ ਹਮੇਸ਼ਾ ਪੇਪਰ ਦੇ ਵਿੱਚ ਆਉਂਦਾ, ਤਾਂ ਇਸ ਨੂੰ ਨਹੀਂ ਛੱਡਣਾ ਤੁਸੀਂ। ਮੌਸਮੀ ਮੇਲਿਆਂ ਦੇ ਨਾਮ ਲਿਖਦੇ ਨੇ ਆ, 2-3 ਮੇਲਿਆਂ ਦੇ ਨਾਮ ਬਾਰੇ ਯਾਦ ਕਰ ਲਿਓ, ਤੋ ਚੈੱਕ ਬਾਰੇ ਇੱਕ ਨੂੰ ਐਕਸਪਲੇਨ ਦੇ ਨਾਲ ਲਿਖ ਦਿਓ। ਠੀਕ ਹੈ, ਦੈਨ ਅੱਗੇ ਸਾਡੇ ਕੋਲ ਗੁਰੂ ਸਾਹਿਬਾਨਾਂ ਦੀ ਸਮ੍ਰਿਤੀ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਮੇਲੇ ਲੱਗਦੇ ਨੇ? ਇੱਕ ਮੇਲੇ ਬਾਰੇ ਇਹ ਆ ਸਕਦਾ ਤੁਹਾਨੂੰ, ਜਿਵੇਂ ਸਰਹੰਦ ਦੇ ਜਿਹੜੇ ਸ਼ਹੀਦੀ ਜੋੜ ਮੇਲੇ ਲੱਗਦੇ ਨੇ ਉਹਨਾਂ ਬਾਰੇ ਵੀ ਇੱਕ ਬਾਰੇ ਆ ਸਕਦਾ। ਠੀਕ ਹੈ, ਦੈਨ ਆ ਗਿਆ ਪੰਜਾਬ ਦੀਆਂ ਨਕਲਾਂ, ਪੰਜਾਬ ਦੀਆਂ ਨਕਲਾਂ ਵਿੱਚੋਂ ਕਿਹੜੀ ਇੰਪੋਰਟੈਂਟ ਪ੍ਰਸ਼ਨ, ਇਹਨਾਂ ਦੀ ਗੱਲ ਕਰਦੇ ਹਾਂ। ਪੰਜਾਬੀ ਨਕਲਾਂ ਤੋਂ ਕੀ ਭਾਵ ਹੈ? ਸਭ ਤੋਂ ਪਹਿਲਾਂ ਇੰਪੋਰਟੈਂਟ ਪ੍ਰਸ਼ਨ ਇਹ ਹੈ ਕਿ ਨਕਲਾਂ ਤੋਂ ਹੈ ਕੀ ਭਾਵ, ਨਕਲਾਂ ਦੇ ਵਿਸ਼ੇਸ਼ ਲੱਛਣ ਕੀ ਨੇ, ਅਹਿਮ ਭੂਮਿਕਾ ਕੀ ਹੁੰਦੀ ਹੈ, ਪੰਜਾਬੀ ਸੱਭਿਆ ਵਿੱਚ ਨਕਲਾਂ ਦਾ ਜਿਹੜੀ ਕੀ ਮਹੱਤਵ ਆ, ਮਹੱਤਵ ਵੀ ਇੰਪੋਰਟੈਂਟ ਹੈ ਅਤੇ ਕੀ ਹੁੰਦਾ ਇਹ ਵੀ ਇੰਪੋਰਟੈਂਟ ਆ, ਕੀ ਹੁੰਦਾ ਇਹ ਵੀ ਇੰਪੋਰਟੈਂਟ ਹੈ ਅਤੇ ਮਹੱਤਵ ਕੀ ਇਹ ਵੀ ਇੰਪੋਰਟੈਂਟ।
ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਉਹ ਇਹ ਆ ਇੰਪੋਰਟੈਂਟ ਪ੍ਰਸ਼ਨ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ ਵੀ ਕੋਈ ਜਿਹੜਾ ਵੀਡੀਓ ਨੂੰ ਛੱਡ ਕੇ ਨਾ ਜਾਇਓ ਇੰਪੋਰਟੈਂਟ ਪ੍ਰਸ਼ਨ ਕਰਾਉਣਾ ਤੁਹਾਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਜਿਹੜੇ ਲੋਕ ਕਿੱਤੇ ਨੇ ਉਹਨਾਂ ਵਿੱਚ ਅਗਰ ਲੋਕ ਕਿੱਤੇ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ ਉਦਾਹਰਨਾਂ ਸਾਹਿਤ ਤੋਂ ਇਹ ਵੀ ਇੰਪੋਰਟੈਂਟ ਪ੍ਰਸ਼ਨ ਆ ਇਸਤਰੀਆਂ ਦੇ ਮੁੱਖ ਨਾਚਾਂ ਬਾਰੇ ਲਿਖੋ ਦੇਖੋ ਇੱਕ ਵਾਰ ਇੱਕ ਪੇਪਰ ਵਿੱਚ ਇੱਦਾਂ ਕੁਸ਼ਚਨ ਆਇਆ ਸੀਗਾ ਇਹਦੇ ਵਿੱਚੋਂ ਕਿ ਇੱਕ ਕੁੜੀਆਂ ਦੇ ਇੱਕ ਮੁੰਡਿਆਂ ਦੇ ਨਾਚ ਬਾਰੇ ਲਿਖੋ ਐਕਸਪਲੇਨ ਕਰਨਾ ਜਿਵੇਂ ਅਸੀਂ ਮੁੰਡਿਆਂ ਦੇ ਬਾਰੇ ਗਿੱਧਾ ਮੁੰਡਿਆਂ ਬਾਰੇ ਅਸੀਂ ਝੂਮਰ ਲਿਖਤਾ ਠੀਕ ਹੈ ਕੁੜੀਆਂ ਵੇਲੇ ਅਸੀਂ ਗਿੱਧਾ ਲਿਖਤਾ ਮੁੰਡਿਆਂ ਵੇਲੇ ਅਸੀਂ ਲਿਖਤਾ ਲੁੱਡੀ ਲੁੱਡੀ ਕਿਉਂਕਿ ਦੋਨਾਂ 'ਚ ਖੇਡੀ ਜਾਂਦੀ ਹੈ ਤੁਸੀਂ ਇੱਕ ਵਾਰ ਵੀ ਉਹਨੂੰ ਐਕਸਪਲੇਨ ਕਰ ਸਕਦੇ ਹੋ ਠੀਕ ਹੈ ਇੱਦਾਂ ਦੇ ਕੁਸ਼ਚਨ ਵੀ ਜਿਹੜੇ ਪੁੱਛੇ ਜਾਂਦੇ ਆ ਮਰਦਾਵੇਂ ਲੋਕ ਨਾਚ ਆ ਗਏ ਠੀਕ ਹੈ ਲੋਕ ਖੇਡਾਂ ਦੇ ਆਧਾਰ 'ਤੇ ਮਨੁੱਖੀ ਦੇ ਮੂਲ ਪ੍ਰਵਿਰਤੀ ਇੰਪੋਰਟੈਂਟ ਆ ਮੂਲ ਪ੍ਰਵਿਰਤੀ ਵਾਲਾ ਕੁਸ਼ਚਨ ਵੀ ਪੰਜਾਬੀ ਸੱਭਿਆਚਾਰ ਪਰਿਵਰਤਨ ਕੀ ਹੈ ਪਰਿਵਰਤਨ ਕਿੱਦਾਂ ਆ ਰਿਹਾ ਵਾ ਇਹ ਇੰਪੋਰਟੈਂਟ ਆ ਠੀਕ ਹੈ ਤਾਂ ਅਸੀਂ ਇੱਥੇ ਜਿਹੜੇ ਨੋਟ ਲਿਖਿਆ ਇਹਨੂੰ ਵੀ ਪੜ੍ਹ ਲੈਂਦੇ ਅੱਜ ਤੱਕ ਪੰਜਾਬੀ ਸੱਭਿਆ ਦੇ ਪ੍ਰਸ਼ਨਾਂ ਦਾ ਸੰਬੰਧ ਹੈ ਪੇਪਰ ਵਿੱਚ 5 ਪ੍ਰਸ਼ਨ ਆਉਣਗੇ ਪੰਜਾਂ ਵਿੱਚੋਂ 2 ਕਰਨੇ ਹੋਣਗੇ ਗੈਸ ਪੇਪਰ ਵਾਲੇ ਪ੍ਰਸ਼ਨ ਬਹੁਤ ਇੰਪੋਰਟੈਂਟ ਨੇ ਮੈਂ ਤੁਹਾਨੂੰ 100% ਸ਼ੋਰਟੀ ਦੇ ਦਿੰਦਾ ਕਿ ਇਹਨਾਂ ਦੇ ਵਿੱਚੋਂ ਹੀ ਪ੍ਰਸ਼ਨ ਆ ਜਾਣੇ ਨੇ ਹੁਣ ਦੇਖੋ ਮੈਂ ਸ਼ੋਰਟੀ ਦਿੱਤੀ ਹੁਣ ਵੀਡੀਓ ਨੂੰ ਲਾਈਕ ਕਰ ਦਿਉ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਉ ਇਹਦੇ ਵਿੱਚੋਂ ਕੁਸ਼ਚਨ ਆਉਣਗੇ 21-20 ਤਰੀਕ ਨੂੰ ਮੈਂ ਸ਼ਾਮ ਨੂੰ ਵੀਡੀਓ ਪਾਊਂਗਾ ਕਿ ਜਿਹੜੇ ਪ੍ਰਸ਼ਨ ਅਸੀਂ ਕਰਾਏ ਸੀ ਉਹ ਆਇਆ ਕਿ ਨਹੀਂ ਠੀਕ ਹੈ ਤਾਂ ਅੱਗੇ ਵੱਧਦੇ ਹਾਂ ਸਟੂਡੈਂਟ ਅੱਗੇ ਕੋਈ ਇੰਪੋਰਟੈਂਟ ਕੁਸ਼ਚਨ ਨਹੀਂ ਹੈਗੇ ਬਸ ਇਹੀ ਇੰਪੋਰਟੈਂਟ ਪ੍ਰਸ਼ਨ ਨੇ ਇਹਨਾਂ ਨੂੰ ਦੇਖ ਲਓ ਅਤੇ ਜਿਨ੍ਹਾਂ ਨੇ ਇਹ ਡਾਊਨਲੋਡ ਕਰਨਾ ਜਿਹੜੀ PDF ਫਾਈਲ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਵੈਬਸਾਈਟ ਜਿਹੜੀ ਦੇ ਦੂੰਗਾ ਸਪੋਂਸਰ ਜਿਹੜੀ ਹੈਗੀ ਆ ਉੱਥੇ ਜਾ ਕੇ ਤੁਸੀਂ ਇਹ ਵਾਲੇ ਡਾਊਨਲੋਡ ਕਰ ਸਕਦੇ ਹੋ ਇਹ ਵਾਲੀ ਉਹ ਵੈਬਸਾਈਟ 'ਤੇ ਸਾਰੀਆਂ PDF ਫਾਈਲ ਮਿਲ ਗਈਆਂ ਦਿਸ ਵੀਡੀਓ ਇਜ਼ ਸਪੋਂਸਰ ਬਾਈ ਈਜ਼ੀ ਗੌਰਮੈਂਟ ਜੋਬ .in ਵੈਬਸਾਈਟ ਇੱਥੇ ਤੁਹਾਨੂੰ ਸਾਰੀਆਂ ਵੈਬਸਾਈਟ ਇੱਥੇ ਤੁਹਾਨੂੰ ਸਾਰੇ ਪੇਪਰਾਂ ਦੀ PDF ਫਾਈਲ ਵਿਦ ਕੁਸ਼ਚਨ ਵਿਦ ਆਨਸਰ ਮਿਲਣਗੇ ਮੌਕ ਟੈਸਟ ਵੀ ਮਿਲਣਗੇ ਅਤੇ ਪੇਪਰ ਵਿੱਚ ਆਉਣ ਵਾਲੇ ਪ੍ਰਸ਼ਨ ਵੀ ਮਿਲਣਗੇ ਇਸ ਕਰਕੇ ਇਸ ਵੈਬਸਾਈਟ ਨੂੰ ਨੋਟ ਕਰਕੇ ਰੱਖ ਲਓ ਆਪਣੀ ਕਾਪੀਆਂ ਦੇ ਉੱਤੇ ਜਾ ਕੇ ਡਾਊਨਲੋਡ ਕਰੋ ਇਹ ਜਿਹੜੀ 6 ਨੰਬਰਾਂ ਵਾਲੇ ਪ੍ਰਸ਼ਨਾਂ ਦੀ PDF ਫਾਈਲ ਆ ਉਹ ਵੀ ਤੁਹਾਨੂੰ ਉਸ ਵੈਬਸਾਈਟ 'ਤੇ ਮਿਲ ਜੂਗੀ ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦੂੰਗਾ ਜਾ ਕੇ ਉਸਨੂੰ ਵਿਜ਼ਿਟ ਕਰਿਓ ਦੇਖਿਓ www.easygovernmentjob.in easygovernmentjob.in ਠੀਕ ਹੈ ਡਿਸਕ੍ਰਿਪਸ਼ਨ ਵਿੱਚ ਲਿੰਕ ਆ ਜਾ ਕੇ ਦੇਖੋ ਅਤੇ ਇਹਨਾਂ ਪ੍ਰਸ਼ਨਾਂ ਨੂੰ ਕਰੋ ਅਤੇ ਅਗਲੀ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਪੱਤਰ ਕਿਹੜੇ ਇੰਪੋਰਟੈਂਟ ਨੇ ਕਿਹੜੇ ਆਉਣੇ ਨੇ ਉਹ ਦੱਸੂੰਗਾ ਧੰਨਵਾਦ